ਗੁਰੂ ਘਰ ਦੇ ਸ਼ੀਸ਼ੇ ਭੰਨ ਕੇ ਭੱਜਿਆ ਸ਼ਰਾਰਤੀ ਅਨਸਰ। ਸਿੱਖ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ। ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਇਆ ਸ਼ੱਕੀ ਵਿਅਕਤੀ। ਪੁਲਿਸ ਦੇ ਕੋਲੋਂ ਸਥਾਨਕ ਲੋਕਾਂ ਨੇ ਕਾਰਵਾਈ ਦੀ ਕੀਤੀ ਮੰਗ। ਬਠਿੰਡਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਸ਼ੀਸ਼ਿਆਂ ਦੀ ਭੰਨ ਤੋੜ ਹੋਈ ਹੈ ਤੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸਦੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਹੈ ਜਿਸਦੇ ਵੱਲੋਂ ਗੁਰੂ ਘਰ ਦੀਆਂ ਖਿੜਕੀਆਂ ਦੇ ਜਿਹੜੇ ਸ਼ੀਸ਼ੇ ਨੇ ਉਹ ਤੋੜੇ ਗਏ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਸਦੇ ਚੱਲਦਿਆਂ ਪ੍ਰਬੰਧਕ ਕਮੇਟੀ ਦੇ ਵੱਲੋਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਰੋਸ ਹੈ ਉਸਨੂੰ ਪ੍ਰਗਟਾਇਆ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਅਜਿਹੀਆਂ ਜਿਹੜੀਆਂ ਹਰਕਤਾਂ ਨੇ ਉਹ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਮੰਦਬੁੱਧੀ ਕਹਿ ਕੇ ਇਸ ਗੱਲ ਨੂੰ ਟਾਲ ਦਿੱਤਾ ਜਾਂਦਾ ਹੈ। ਪਰ ਅਜਿਹੀਆਂ ਮੰਦਬੁੱਧੀਆਂ ਗੁਰੂ ਘਰਾਂ ਦੇ ਵਿੱਚ ਹੀ ਕਿਉਂ ਹੁੰਦੀਆਂ ਹਨ, ਹੋਰ ਕਿਤੇ ਕਿਉਂ ਨਹੀਂ ਹੁੰਦੀਆਂ? ਤਾਂ ਅਜਿਹੀਆਂ ਜਿਹੜੀਆਂ ਗੱਲਾਂ ਨੇ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸਦੇ ਚੱਲਦੇ ਹੁਣ ਪੁਲਿਸ ਵਾਲਿਆਂ ਤੋਂ ਕਾਰਵਾਈ ਦੀ ਮੰਗ ਹੈ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੇ ਵੱਲੋਂ ਕੀਤੀ ਗਈ ਹੈ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਮੈਂ ਪਰਮਜੀਤ ਸਿੰਘ ਸੇਖੋਂ, ਪ੍ਰਧਾਨ ਗੁਰਦੁਆਰਾ ਸੰਗਤ ਸੇਵਾ ਸਟੇਸ਼ਨ ਬਠਿੰਡਾ। ਰਾਤ ਕੋਈ ਬੰਦਾ ਸਾਡੀ ਦਰਸ਼ਨੀ ਡਿਊਟੀ 'ਤੇ ਦੋ ਜੋ ਬਾਹਰ ਸ਼ੀਸ਼ੇ ਲੱਗੇ ਹੈ ਉਹਨਾਂ ਨੂੰ ਤੋੜ ਗਿਆ। ਅਸੀਂ ਸਵੇਰੇ ਪੁਲਿਸ ਨੂੰ 5 ਵਜੇ ਕੰਪਲੇਂਟ ਕਰਤੀ ਅਤੇ ਉਹ ਇਹਦਾ ਤਹਿਕੀਕਾਤ ਕਰ ਰਹੇ ਆ। ਜੋ ਵੀ ਸਾਨੂੰ ਉਹ ਦੱਸਣਗੇ ਅਸੀਂ ਤੁਹਾਡੇ ਸਾਹਮਣੇ ਕਰ ਦਿਆਂਗੇ। ਹੋਰ ਕੋਈ ਨੁਕਸਾਨ ਨਹੀਂ ਜੀ, ਕੋਈ ਬੇਅਦਬੀ ਨਹੀਂ, ਕੋਈ ਕੁਛ ਨਹੀਂ ਹੋਇਆ, ਕੋਈ ਬੋਲ ਕਿਤਾ ਕੋਈ ਕੁਛ ਨਹੀਂ ਹੋਇਆ ਜੀ। ਸੀਸੀਟੀਵੀ ਕੈਮਰੇ ਫੋਟੋ? ਹਾਂਜੀ, ਇਹ ਲੱਗੇ ਆ ਜੀ, ਉਹਨਾਂ ਨੇ ਉਹਨਾਂ ਦੀ ਫੋਟੋ ਲੈ ਲਈ ਹੈ। ਉਹ ਕਹਿੰਦੇ ਅਸੀਂ ਬੰਦਾ ਭਾਲ ਕੇ ਇਹ ਤੋਂ ਪੁੱਛਦੇ ਹਾਂ ਕਿ ਇਹਦੀ ਮਨਸ਼ਾ ਸੀ। ਕਿੰਨੇ ਕੁ ਲੋਕ ਸੀ ਜਿਹੜੇ ਆਏ ਸੀ? ਉਹ ਇੱਕੋ ਹੀ ਆਇਆ। ਇੱਕੋ ਹੀ ਆਇਆ? ਕਿੰਨੇ ਕੁ ਵਜੇ ਦੀ ਘਟਨਾ? ਰਾਤ ਕੋਈ 11 ਤੋਂ 12 ਵਜੇ ਤੱਕ। ਹਾਂਜੀ, ਗੁਰਤੇਜ ਸਿੰਘ ਮੇਰਾ ਨਾਮ ਹੈ ਜੀ। ਅਸੀਂ ਸਵੇਰੇ ਜਦੋਂ ਦਰਬਾਰ ਸਾਹਿਬ ਆਏ ਮੱਥਾ ਟੇਕਣ, ਉਦੋਂ ਪਤਾ ਲੱਗਿਆ ਵੀ ਐਂ ਕਰਕੇ ਰਾਤ ਜਿਹੜੇ ਸ਼ੀਸ਼ੇ ਕਿਉਂ ਖਿਲਰੇ ਪਿਆ, ਸਾਰਾ ਸਮਾਨ ਪਤਾ ਕਰਿਆ ਵੀ ਕੀ ਗੱਲ ਹੋਈ ਹੈ। ਇਹ ਰਾਤ ਕੋਈ ਸ਼ਰਾਰਤੀ ਅਨਸਰ ਸੀਗਾ, ਉਹ ਆਇਆ, ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ, ਉਹ ਆਇਆ ਤੇ ਵੱਟੇ ਮਾਰ ਕੇ ਵਾਪਸ ਚਲਿਆ ਗਿਆ ਜੀ। ਸ਼ੀਸ਼ੇ ਟੁੱਟੇ ਜੀ? ਸ਼ੀਸ਼ੇ ਟੁੱਟੇ ਆ ਹਾਂਜੀ, ਪੱਕੀ ਉਹਦੀ ਕੀ ਮਨਸ਼ਾ ਸੀ ਇਹ ਤਾਂ ਹੁਣ ਪੁਲਿਸ ਆਈ ਹੈ, ਉਹਨੇ ਕੈਮਰੇ ਵਗੈਰਾ ਦੇਖੇ ਆ। ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਬੜਾ ਜਲਦੀ ਜਿਹੜਾ ਇਹਨੂੰ ਫੜ ਲਾਂਗੇ ਦੋਸ਼ੀ ਨੂੰ, ਅਤੇ ਜਿਹੜੀ ਵੀ ਕਾਰਵਾਈ ਹੈ ਫਿਰ ਅਸੀਂ ਆਪਦੇ ਤੱਥ ਜੋ ਵੀ ਆਉਣਗੇ ਤੁਹਾਡੇ ਸਾਹਮਣੇ ਦੱਸ ਦਿੰਦੇ। ਕੈਮਰੇ 'ਚ ਕੀ ਕੁਛ ਆਇਆ? ਕੈਮਰੇ 'ਚ ਸਿਰਫ ਇੱਕ ਪਰਸਨ ਆ ਰਿਹਾ, ਉਹ ਆਰਾਮ, ਬੜਾ ਆਰਾਮ ਨਾਲ ਆ ਰਿਹਾ, ਵੱਟੇ ਪਿੱਛੋਂ ਲੈ ਕੇ ਆ ਰਿਹਾ, ਉਹ ਮਾਰ ਕੇ ਆਰਾਮ ਨਾਲ ਹੀ ਚਲਿਆ ਗਿਆ। ਠੀਕ ਹੈ, ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ? ਅਸੀਂ ਤਾਂ ਇਹ ਵੀ ਇਹ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਸੀ, ਹੋ ਸਕਦਾ ਜੇ ਕੋਈ ਗਰਿਲ ਗੁਰੂ ਕੱਟ ਕੇ, ਉਹਦਾ ਕੀ ਮਕਸਦ ਸੀ ਇਹ ਆਪਾਂ ਨੂੰ ਇਸ ਬਾਰੇ ਨਹੀਂ ਕਹਿ ਸਕਦੇ। ਪੁਲਿਸ ਪੂਰੀ ਕਾਰਵਾਈ ਕਰੇ, ਉਸ ਦੋਸ਼ੀ ਨੂੰ ਫੜ ਕੇ ਪੂਰੀ ਤਹਿਕੀਕਾਤ ਕਰੇ, ਜੋ ਵੀ ਕਾਰਵਾਈ ਬਣਦੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ, ਤਾਂ ਕਿ ਕੱਲ੍ਹ ਨੂੰ ਕਿਸੇ ਹੋਰ ਨਾ ਇਹੋ ਜਿਹੇ ਕਿਸੇ ਧਾਰਮਿਕ ਸਥਾਨ ਨਾਲ ਨਾ ਕੋਈ ਵਾਪਰੇ ਘਟਨਾ। ਸਰ, ਕੀ ਹੈ ਪੂਰਾ ਮਾਮਲਾ, ਜਿਹੜੀ ਇਹ ਘਟਨਾ ਵਾਪਰੀ ਹੈ, ਸ਼ੀਸ਼ੇ ਤੋੜੇ ਗਏ? ਸਾਨੂੰ ਹੁਣ ਇੱਕ ਇੰਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਅਤੇ ਕਮੇਟੀ ਮੈਂਬਰਸ ਹੈਗੇ ਨੇ, ਉਹਨਾਂ ਵੱਲੋਂ ਫੋਨ ਆਇਆ ਸੀਗਾ ਵੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ, ਤਾਂ ਹੁਣ ਇਸੇ ਚੀਜ਼ ਨੂੰ ਅਸੀਂ ਪੜਤਾਲ ਰਹੇ ਹਾਂ ਵੀ ਇਹ ਕਿਉਂ ਹੋਇਆ, ਕਿੱਦਾਂ ਹੋਇਆ, ਅਤੇ ਇਹਨੂੰ ਜਲਦ ਹੀ ਕਲੀਅਰ ਕਰਕੇ ਕਾਰਵਾਈ, ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਉਂਦੇ। ਸਰ, ਹੁਣ ਤੱਕ ਕੀ ਸਾਹਮਣੇ ਆਇਆ? ਸੀਸੀਟੀਵੀ ਚੈੱਕ ਕੀਤੇ ਨੇ? ਹੁਣ ਤੱਕ ਸੀਸੀਟੀਵੀ ਦੇਖੇ ਨੇ ਜੀ, ਇੱਕ ਬਸ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ, ਬਾਕੀ ਅੱਗੇ ਉਹ ਕਿਹੜੇ ਪਾਸੇ ਆਇਆ, ਉਹਦੇ ਨਾਲ ਕੌਣ ਸੀ ਜਾਂ ਕੋਈ ਇਨਵੋਲਵਡ ਹੈ ਜਾਂ ਕੀ ਹੈ, ਉਹਨੂੰ ਉੱਥੋਂ ਥੋੜ੍ਹਾ ਜਿਹਾ ਵੈਰੀਫਾਈ ਕਰਕੇ ਜੀ, ਕਲੀਅਰ ਕਰਕੇ ਜਲਦੀ ਤੁਹਾਨੂੰ ਅਸੀਂ ਕਾਰਵਾਈ ਕਰਕੇ ਅਤੇ ਸਾਰੀ ਡਿਟੇਲ ਸ਼ੇਅਰ ਕਰ ਦਾਂਗੇ। ਸਰ, ਨੁਕਸਾਨ ਕਿੰਨਾ? ਸਿਰਫ ਸ਼ੀਸ਼ੇ ਆਪਣੇ ਗੁਰਦੁਆਰਾ ਸਾਹਿਬ, ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਮੇਨ ਆਪਣੇ ਰੋਡ 'ਤੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹੀ ਟੁੱਟਿਆ ਹੋਇਆ, ਬਾਕੀ ਅੰਦਰੋਂ ਕੋਈ ਇੱਦਾਂ ਦੀ ਗੱਲਬਾਤ ਹੈ ਨਹੀਂ। ਅੰਦਰ ਇਹਨਾਂ ਦੇ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ, ਕਮੇਟੀ ਦੇ ਮੈਂਬਰ ਆ ਸੇਵਾਦਾਰ, ਉਹ ਅੰਦਰ ਹੀ ਸੀਗੇ, ਕੋਈ ਹੋਰ ਉਹ ਨਹੀਂ, ਸਿਰਫ ਬਾਹਰੋਂ ਸ਼ੀਸ਼ੇ ਹੀ ਟੁੱਟੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਰਿਪੋਰਟ।